ਦਾ ਕਲਚਰ ਲੋਕੀ ਮਨਾਉਣ ਅਸੀਂ ਉਹਨਾਂ ਦੇ ਨਾਲ, ਫਿਰੋਕੀਆਂ ਦਾ ਕਲਚਰ ਮਨਾਉਣ ਅਸੀਂ ਉਹਨਾਂ ਦੇ ਨਾਲ, ਅਗਰ ਕੋਈ ਨਾਬੇ ਵਾਲਾ ਪਸਤਾਨੀ ਪਸ਼ਤੋ ਦਾ ਕਲਚਰ ਮਨਾਉਣ ਅਸੀਂ ਨਾਲ। ਆਪਣੀ ਜ਼ੁਬਾਨ, ਆਪਣੀ ਬੋਲੀ ਔਰ ਆਪਣੇ ਕਲਚਰ ਦੇ ਹਵਾਲੇ ਨਾਲ ਇੱਥੇ ਅੱਜ ਗੱਲ ਕੀਤੀ ਜਾਏਗੀ ਅਤੇ ਤੁਸੀਂ ਨਾਲ ਰਹਿਣਾ। ਔਰ ਅੱਜ ਦਾ ਬੜਾ ਦਿਲਚਸਪ ਔਰ ਆਪਣੀ ਜ਼ੁਬਾਨ, ਕਿਉਂਕਿ ਅਸੀਂ ਪੰਜਾਬੀ ਹਾਂ ਔਰ ਪੰਜਾਬੀ ਜਿਹੜੇ ਹੁੰਦੇ ਨੇ ਆਪਣੀ ਜ਼ੁਬਾਨ ਨੂੰ ਔਰ ਆਪਣੇ ਕਲਚਰ ਨੂੰ ਉਹ ਕਿੱਥੇ ਵੀ ਨਹੀਂ ਭੁੱਲਦੇ। ਅਤੇ ਆਪਣੇ ਕਲਚਰ ਦੇ ਲਈ ਇੱਥੇ ਅੱਜ ਬਹੁਤ ਬੜੀ ਤਕਰੀਬ ਦਾ ਜੋ ਇਹਤਮਾਮ ਕੀਤਾ ਗਿਆ ਹੈ ਔਰ ਇੱਥੇ ਸਾਡੇ ਨਾਲ ਔਰ ਵੀ ਬੜੇ ਪੰਜਾਬੀ ਕਲਚਰ ਦੇ ਔਰਗਨਾਈਜ਼ਰ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲ ਕਰਨੇ ਹਾਂ ਜੀ। ਅੱਜ ਪੰਜਾਬੀ ਕਲਚਰ ਦਾ ਇੱਥੇ ਇਹਤਮਾਮ ਕੀਤਾ ਗਿਆ, ਤੁਸੀਂ ਕੀ ਕਹਿੰਦੇ ਹੋ ਔਰ ਕੀ ਪੈਗਾਮ ਦੇਣਾ ਚਾਹੁੰਦੇ ਹੋ ਕਿ ਪੰਜਾਬੀ ਕਲਚਰ ਦੇ ਹਵਾਲੇ ਨਾਲ? ਹਾਂਜੀ, ਗੁਜ਼ਾਰਿਸ਼ ਇਹ ਹੈ ਜੀ ਕਿ ਅਸਲ ਦੇ ਵਿੱਚ ਸਾਰੀਆਂ ਕੌਮੀਤਾਂ ਦਾ ਜਿਹੜਾ ਡੇ ਸੀ ਉਹ ਮਨਾਇਆ ਜਾਂਦਾ ਸੀ। ਸਿੰਧੀ ਆਪਦਾ ਮਨਾਉਂਦੇ ਸਨ, ਬਲੂਚੀ ਆਪਦਾ ਮਨਾਉਂਦੇ ਸਨ, ਸਾਡਾ ਡੇ ਸਦੀਆਂ ਤੋਂ ਕਿਸੇ ਨੇ ਆਰ ਹੀ ਨਹੀਂ ਕੀਤਾ। ਕਰਨਾ ਤਾਂ ਸਾਡੀ ਹਕੂਮਤ ਨੂੰ ਚਾਹੀਦਾ ਸੀ, ਲੇਕਿਨ ਉਹਨਾਂ ਨੇ ਨਹੀਂ ਕੀਤਾ। ਚਲੋ ਅਸੀਂ ਹਿੰਮਤ ਕਰਕੇ ਆਪ ਸਾਰਿਆਂ ਨੇ ਜੁੜ ਜੁੜਾ ਕੇ ਸਾਰਿਆਂ ਨੇ ਮਿਲ ਮਿਲਾ ਕੇ ਅਸੀਂ ਇੱਕ ਤਿਆਰ ਕੀਤਾ। ਹੁਣ ਉਮੀਦ ਹੈ ਕਿ ਇਨਸ਼ਾਅੱਲਾ ਹਰ ਸਾਲ ਪਹਿਲੀ ਚੇਤਰ ਨੂੰ ਅਸੀਂ ਇਹ ਪੰਜਾਬ ਕਲਚਰ ਡੇ ਮਨਾਵਾਂਗੇ, ਜਿਹਦੇ ਵਿੱਚ ਅਸੀਂ ਕਮ ਅਜ਼ ਕਮ ਯਾਰ ਆਹ ਬੰਬਾਂ ਧਮਾਕਿਆਂ ਤੋਂ ਅਤੇ ਸਾਰਿਆਂ ਤੋਂ ਜਾਨ ਛੁਡਾ ਕੇ ਅਤੇ ਖੁਸ਼ੀਆਂ ਮਨਾ ਰਹੇ ਹਾਂ ਥੋੜ੍ਹੀਆਂ ਜਿਹੀਆਂ। ਅਤੇ ਅੱਲਾਹ ਤਾਲਾ ਨੇ ਸਾਨੂੰ ਇਹ ਬਹੁਤ ਸਾਡੀ ਪੂਰੀ ਸਕਾਫਤ, ਭੰਗੜੇ, ਝੂਮਰ, ਹਰ ਸ਼ੈ ਜਿਹੜੀ ਇਹ ਬੋਲੀਆਂ ਉਹ ਇੰਨੀ ਕੁ ਵਸੀਹ ਕੀਤੀ ਹੋਈ ਹੈ ਕਿ ਅਸੀਂ ਹੁਣ ਭੁੱਲ ਗਏ ਹਾਂ। ਸਾਡੀ ਨਵੀਂ ਆਉਣ ਵਾਲੀ ਨਸਲ ਨੂੰ ਪਤਾ ਹੀ ਨਹੀਂ ਕਿ ਉਹ ਕੀ ਹੈ। ਬੋਲੀ ਨੂੰ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬੀ 'ਚ ਲੋਕ ਬਦਤਮੀਜ਼ੀ ਕਰਦੇ, ਪੰਜਾਬ ਦੀ ਬੋਲੀ ਬਦਤਮੀਜ਼ੀ ਵਾਲੀ ਨਹੀਂ, ਮਿੱਠੀ ਜ਼ਬਾਨ ਹੈ, ਸਾਡੀ ਮਾਂ ਬੋਲੀ ਜ਼ਬਾਨ ਹੈ। ਹਾਂਜੀ, ਦੁਨੀਆ ਦਾ ਕੋਈ ਬੋਲੀ ਲਿਆਓ, ਹਰ ਕੋਈ ਆਪਣੀ ਮਾਦਰੀ ਜ਼ਬਾਨ ਨਾਲ ਪਿਆਰ ਕਰਦਾ ਹੈ, ਹਰ ਕੌਮ ਨੇ ਆਪਣੀ ਜ਼ਬਾਨ ਤਰੱਕੀ ਕੀਤੀ ਹੈ। ਲਿਹਾਜ਼ਾ ਮੈਂ ਮੀਡੀਆ ਦੇ ਚੰਨ, ਮੇਰੇ ਮਿੱਤਰ, ਮੇਰੇ ਬੇਲੀ, ਮੇਰੇ ਮੱਖਣ, ਇਹਨਾਂ ਸਾਰਿਆਂ ਦੇ ਜ਼ਰੀਏ ਪੈਗਾਮ ਦੇਣਾ ਹੈ ਕਿ ਅਸੀਂ ਪੰਜਾਬ ਦੀ ਵੰਡ ਵੀ ਨਹੀਂ ਹੋਣ ਦੇਵਾਂਗੇ। ਪੰਜਾਬ ਦੀ ਬੋਲੀ ਪੰਜਾਬ ਹਕੂਮਤ ਨੂੰ ਅਪੀਲ ਕਰਨੀ ਕਿ ਹਰ ਸਕੂਲ 'ਚ ਪੰਜਾਬੀ ਪੜ੍ਹਾਈ ਜਾਏ, ਪੰਜਾਬੀ ਨੂੰ ਪੰਜਾਬੀ ਅੱਗੇ ਵਧਾਇਆ ਜਾਏ ਔਰ ਸਾਡੀ ਮਾਂ ਬੋਲੀ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਪੰਜਾਬੀ ਅਖਤਿਆਰੀ ਨਹੀਂ ਲਾਜ਼ਮੀ ਦਾ ਦਰਜਾ ਦਿੱਤਾ ਜਾਏ। ਜਿਸ ਤਰ੍ਹਾਂ ਇੰਗਲਿਸ਼ ਲਾਜ਼ਮੀ ਹੈ, ਪੰਜਾਬੀ ਵੀ ਲਾਜ਼ਮੀ ਹੋਣੀ ਚਾਹੀਦੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਤਾਂ ਮੈਂ ਆਪਣਾ ਚੈਨਲ ਦਾ ਸ਼ੁਕਰੀਆ ਅਦਾ ਕਰਨੀ ਹਾਂ। ਪੰਜਾਬੀ 'ਚ ਗੱਲ ਕਰਨੀ ਹੈ, ਪੰਜਾਬ ਡੇ ਹੈਗਾ, ਸਾਡਾ ਖੁਸ਼ੀਆਂ ਦਾ ਦਿਨ ਹੈਗਾ। ਅੱਜ ਸਹੀ ਜਿਹਨੂੰ ਕਹਿੰਦੇ ਨਾ ਲਾਹੌਰ ਦਾ ਦਿਲ, ਅੱਜ ਸਾਰੇ ਲਾਹੌਰ ਦਾ ਦਿਲ ਧੜਕਦਾ ਪਿਆ। ਉਹ ਦੇਖਦੇ ਪਏ ਹੋ ਤੁਸੀਂ ਕਿ ਕਿੰਨੀਆਂ ਖੁਸ਼ੀਆਂ ਨੇ। ਸਾਰੇ ਕਹਿੰਦੇ ਸਨ ਕਰੋਨਾ ਵਾਇਰਸ ਹੈ, ਕਰੋਨਾ ਵਾਇਰਸ ਨਹੀਂ ਹੈਗਾ, ਕੁਝ ਵੀ ਨਹੀਂ ਹੈਗਾ, ਸਿਰਫ ਇਸ ਕਲਚਰ ਡੇ ਨੂੰ ਸੱਜੇ ਖੱਬੇ ਕਰਨ ਵਾਸਤੇ ਸਾਰੇ ਪ੍ਰੋਗਰਾਮ ਕੀਤੇ ਗਏ ਨੇ ਔਰ ਕਲਚਰ ਡੇ ਅੱਜ ਹੋ ਰਿਹਾ, ਪੂਰੇ ਧੂਮਧਾਮ ਨਾਲ ਹੋ ਰਿਹਾ ਔਰ ਇਨਸ਼ਾਅੱਲਾ ਤਾਲਾ ਹਰ 14 ਮਾਰਚ ਦੀ ਚੇਤਰ ਨੂੰ ਹੋਇਆ ਕਰੇਗਾ। ਅਸਲਾਮ ਵਾਲੇਕੁਮ, ਮੈਂ ਨਗਮਾਨਾ ਜਾਫਰੀ ਜੀ। ਜਿਹੜਾ ਅੱਜ ਕਲਚਰ ਡੇ ਮਨਾਇਆ ਜਾ ਰਿਹਾ ਹੈ, ਮੈਂ ਸਮਝਦੀ ਹਾਂ ਕਿ ਇਹ ਵੀ ਬਹੁਤ ਯਾਨੀ ਕਿ ਜਿਸਨੇ ਵੀ ਇਹ ਪ੍ਰੋਗਰਾਮ ਬਣਾਇਆ ਬੜਾ ਚੰਗਾ ਤਰਤੀਬ ਦਿੱਤਾ ਪ੍ਰੋਗਰਾਮ, ਕਿਉਂਕਿ ਇਹ ਹੋਣਾ ਚਾਹੀਦਾ ਹੈ, ਕਿਉਂਕਿ ਪੂਰੀ ਦੁਨੀਆ ਇਹ ਦੇਖ ਰਹੀ ਹੈ ਕਿ ਸਾਡਾ ਕਲਚਰ ਕੀ ਹੈ, ਸਾਡੀ ਅਸਲ ਕੀ ਹੈ। ਅਤੇ ਮੇਰਾ ਖਿਆਲ ਹੈ ਕਿ ਮੁਲਕ ਦੇ ਜਿਹੜੇ ਬਾਹਰ ਖਵਾਤੀਨ ਦੇ ਹਜ਼ਰਾਤ ਰਹਿੰਦੇ ਨੇ ਅਤੇ ਜਿਹੜੇ ਮੁਲਕ ਦੇ ਵਿੱਚ ਵੀ ਰਹਿੰਦੇ ਨੇ, ਪਲੀਜ਼ ਆਪਣੇ ਕਲਚਰ ਨੂੰ ਪ੍ਰਮੋਟ ਕਰੋ। ਹਮਸਾਇਆ ਮੁਲਕ ਦੇ ਕਲਚਰਾਂ ਨੂੰ ਤੁਸੀਂ ਪ੍ਰਮੋਟ ਨਾ ਕਰੋ, ਤੁਸੀਂ ਰੀਅਲ ਜਿਹੜਾ ਹੈ ਉਹ ਉਹਨੂੰ ਪ੍ਰਮੋਟ ਕਰੋ। ਅਤੇ ਗਾਣਾ ਮੈਂ ਸੁਣਾ ਦਿੰਦੀ ਹਾਂ ਪੰਜਾਬੀ ਦਾ। ਮੈਂ ਕੁੜੀਆਂ ਨਖਰੇ ਵਾਲੀ ਵੀ ਦਿੱਤਾ ਰੱਬ ਨੇ ਹੁਸਨ ਜਮਾਲੀ ਵੀ, ਜਦੋਂ ਮਟਕ ਮਟਕ ਕੇ ਟੁਰਨੀ ਆ ਮੁੰਡੇ ਵੇਖਦੇ ਹੀ ਰਹਿ ਜਾਂਦੇ ਨੇ, ਗੱਲ ਇੱਕੋ ਹੀ ਕਰਦੇ ਨੇ ਸਾਰੇ। ਮੈਂ ਕੁੜੀ ਸ਼ਰਾਰਾ ਸ਼ਰਾਰਾ ਕੁੜੀ ਸ਼ਰਾਰਾ ਹਾਂ ਮੁੰਡਿਓ, ਮੈਂ ਕੁੜੀ ਸ਼ਰਾਰਾ ਸ਼ਰਾਰਾ ਕੁੜੀ ਸ਼ਰਾਰਾ ਹਾਂ ਮੁੰਡਿਓ। ਕਲਚਰ ਦੇ ਨਾਮ ਤੋਂ ਇੱਕ ਡੇ ਮਨਾਇਆ ਜਾਏਗਾ ਜਿਹਦੇ ਵਿੱਚ ਪੰਜਾਬੀ ਆਪਣੇ ਕਲਚਰ ਨੂੰ ਔਰ ਆਪਣੀ ਜ਼ਬਾਨ ਨੂੰ, ਆਪਣੇ ਇਲਾਕੇ ਨੂੰ ਪ੍ਰਮੋਟ ਕਰਨਗੇ। ਔਰ ਇਹ ਨਾਜ਼ਰੀਨ ਜਿਨ੍ਹਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡੇ ਨਾਲ ਜੁੜੇ ਰਹਿਣ ਔਰ ਸਬਸਕ੍ਰਾਈਬ ਕਰ ਲੈਣ। ਬਹੁਤ ਸ਼ੁਕਰੀਆ। ਲੇਟੈਸਟ ਵੀਡੀਓ ਸੇ ਅਪਡੇਟ ਰਹਿਣ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਬੈਲ ਕਾ ਬਟਨ ਔਨ ਕਰਨਾ ਨਾ ਭੁੱਲੇਂ। ਸ਼ੁਕਰੀਆ।